ਮਨਪ੍ਰੀਤ ਜੀ, ਖਬਰਾਂ ਆ ਰਹੀਆਂ ਨੇ ਕਿ ਅੱਜ ਸਵੇਰੇ ਚੰਡੀਗੜ੍ਹ ਵਿੱਚੋਂ ਸੁਖਪਾਲ ਸਿੰਘ ਖਹਿਰਾ ਨੂੰ ਉਹਨਾਂ ਦੇ ਘਰ ਵਿੱਚੋਂ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ। ਬਿਲਕੁਲ, ਜਲਾਲਾਬਾਦ ਤੋਂ ਇੱਕ ਪੁਲਿਸ ਦੀ ਪਾਰਟੀ ਆਉਂਦੀ ਆ ਔਰ ਆ ਕੇ ਚੰਡੀਗੜ੍ਹ ਦੇ ਵਿੱਚ 5 ਸੈਕਟਰ ਦੇ ਵਿੱਚ 6 ਨੰਬਰ ਇਹਨਾਂ ਦਾ ਘਰ ਆ, ਉੱਥੇ ਪਹੁੰਚ ਜਾਂਦੀ ਆ 6 ਵਜੇ ਔਰ 6 ਵਜੇ ਆ ਕੇ ਇਹਨਾਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਹੁੰਦੀ ਆ ਔਰ ਉਸ ਤੋਂ ਬਾਅਦ ਗ੍ਰਿਫਤਾਰੀ ਹੋ ਵੀ ਜਾਂਦੀ ਆ। ਉਸ ਵਕਤ ਹੀ ਬਿਲਕੁਲ ਐਨ ਮੌਕੇ ਤੇ ਸੁਖਪਾਲ ਸਿੰਘ ਖਹਿਰਾ, ਇਹ MLA ਨੇ ਕਾਂਗਰਸ ਦੇ, ਭੁਲੱਥ ਤੋਂ MLA ਨੇ, ਕਪੂਰਥਲੇ ਦੇ ਵਿੱਚ ਇਹ ਪੈਂਦਾ ਭੁਲੱਥ, ਔਰ ਇਹਨਾਂ ਨੇ ਇਸ ਪੁਲਿਸ ਤੋਂ ਯਾਨੀ ਕਿ ਪੰਜਾਬ ਪੁਲਿਸ ਤੋਂ ਪੁੱਛਿਆ ਕਿ ਕੀ ਤੁਹਾਡੇ ਕੋਲ ਵਾਰੰਟ ਹੈ, ਕੀ ਤੁਹਾਡੇ ਕੋਲ ਚੰਡੀਗੜ੍ਹ ਪੁਲਿਸ ਨੂੰ ਤੁਸੀਂ ਨਾਲ ਲੈ ਕੇ ਆਏ ਹੋ। ਇਹਨਾਂ ਸਾਰੀਆਂ ਚੀਜ਼ਾਂ ਦਾ ਇਹਨਾਂ ਕੋਲੇ ਕੋਈ ਜਵਾਬ ਨਹੀਂ ਸੀ। ਹੁਣ ਗ੍ਰਿਫਤਾਰੀ ਹੋ ਗਈ ਆ, ਪਰ ਮੈਂ ਇਹ ਦੱਸਦਾ ਕਿ ਇਹ ਜਿਹੜਾ ਮਾਮਲਾ ਇਹ ਸੰਨ 2015 ਦੇ ਵਿੱਚ ਹੋਇਆ ਸੀ ਔਰ ਇਸ ਦੀ ਪਹਿਲਾਂ ਵੀ ਤਫਤੀਸ਼ ਹੋ ਚੁੱਕੀ ਆ। ਇੱਥੋਂ ਤੱਕ ਕਿ ਸੁਖਪਾਲ ਸਿੰਘ ਖਹਿਰਾ ਨੂੰ ਸੁਪਰੀਮ ਕੋਰਟ ਤੱਕ ਜਾਣਾ ਪਿਆ ਇਸ ਮਾਮਲੇ ਦੇ ਵਿੱਚ ਰਾਹਤ ਲੈਣ ਲਈ, ਪਰ ਹਾਂ, ਕਿਉਂਕਿ ਕੋਰਟਸ ਕਦੇ ਤਫਤੀਸ਼ ਨੂੰ ਰੋਕਦੀਆਂ ਨਹੀਂ ਆ। ਇਸ ਤੋਂ ਬਾਅਦ ਇੱਕ SIT ਵੀ ਬਣਾ ਦਿੱਤੀ ਗਈ, DIG ਜਲੰਧਰ ਨੇ ਸਵਪਨ ਸ਼ਰਮਾ ਉਹਨਾਂ ਦੇ ਅਧੀਨ ਇਹ SIT ਬਣੀ ਸੀ। ਇਹਨਾਂ ਦਾ ਇਹ ਕਹਿਣਾ ਆਮ ਆਦਮੀ ਪਾਰਟੀ ਦਾ, ਕਿਉਂਕਿ ਕਹਿੰਦੇ ਨਵੇਂ ਤੱਥ ਆਏ ਨੇ, SIT ਬਣੀ ਸੀ, ਉਹਨਾਂ ਨੇ ਜਾਂਚ ਕੀਤੀ ਆ, ਇਸ ਕਰਕੇ NDPS ਐਕਟ ਦੇ ਅਧੀਨ, ਡਰੱਗ ਮਾਮਲੇ ਦੇ ਅਧੀਨ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ। ਖੈਰ, ਗ੍ਰਿਫਤਾਰ ਕਰ ਲਿਆ, ਇਸ ਤੋਂ ਬਾਅਦ ਦੇਖਦੇ ਆ ਕਦੋਂ ਇਹ ਸਾਰੇ ਖੁਲਾਸੇ ਪੰਜਾਬ ਪੁਲਿਸ ਕਰਦੀ ਆ ਜਾਂ ਆਪਣੀ ਕੋਈ ਪ੍ਰੈਸ ਕਾਨਫਰੰਸ ਕਰਦੀ ਆ। ਪਰ ਮੈਨੂੰ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਮਾਮਲਾ ਹੋਰ ਭਖੇਗਾ। ਪ੍ਰਤਾਪ ਸਿੰਘ ਬਾਜਵਾ ਨੇ ਤਾਂ ਪਹਿਲਾਂ ਹੀ ਕਹਿਤਾ, ਜਿਹੜੇ LOP ਦੇ ਲੀਡਰ ਨੇ, ਲੀਡਰ ਆਫ ਦੀ ਅਪੋਜੀਸ਼ਨ, ਕਹਿੰਦੇ ਦਰਅਸਲ ਪੰਜਾਬ ਪੁਲਿਸ ਤੇ ਮਾਮਲਾ ਦਰਜ ਹੋਣਾ ਚਾਹੀਦਾ ਕਿਡਨੈਪਿੰਗ ਦਾ। ਜਿਸ ਤਰ੍ਹਾਂ ਇਹ ਵਰਦੀਆਂ ਪਾ ਕੇ ਆ ਜਾਂਦੇ ਨੇ ਜਾਂ ਪ੍ਰੋਪਰ ਪ੍ਰੋਸੀਜਰ ਨਹੀਂ ਫਾਲੋ ਕਰਦੇ, ਇਸ ਕਰਕੇ ਇਹਨਾਂ ਤੇ ਵੀ ਕੇਸ ਦਰਜ ਹੋਣਾ ਚਾਹੀਦਾ। ਆਪਸ ਦੇ ਵਿੱਚ ਜਿਹੜੇ ਟਕਰਾਅ ਹੁਣ ਹੋਰ ਵਧਣਗੇ। ਜੀ ਵਾਸੂ ਜੀ, ਤੇ ਮਨਪ੍ਰੀਤ ਜੀ, ਇਸੇ ਤਰ੍ਹਾਂ ਮਨਪ੍ਰੀਤ ਬਾਦਲ ਤੇ ਭਾਰਤਿੰਦਰ ਸਿੰਘ ਚਹਿਲ, ਉਹਨਾਂ ਦੇ ਘਰ ਵੀ ਵਿਜੀਲੈਂਸ ਵੱਲੋਂ ਛਾਪੇਮਾਰੀ ਕੀਤੀ ਗਈ ਹੈ, ਪਰ ਉਹਨਾਂ ਨੂੰ ਅਜੇ ਤੱਕ ਅਰੈਸਟ ਨਹੀਂ ਕੀਤਾ ਜਾ ਸਕਿਆ। ਜੀ ਬਿਲਕੁਲ, ਤੁਹਾਡੀ ਗੱਲ ਠੀਕ ਆ। ਮਨਪ੍ਰੀਤ ਸਿੰਘ ਬਾਦਲ ਦੇ ਪਿੱਛੇ ਤਾਂ ਜਿਹੜੀ ਵਿਜੀਲੈਂਸ ਬਿਊਰੋ ਸੀ ਉਹ ਸ੍ਰੀ ਗੰਗਾਨਗਰ ਰਾਜਸਥਾਨ ਤੱਕ ਗਈ ਆ, ਉੱਥੇ ਚੱਕ ਬਾਦਲ ਦੇ ਵਿੱਚ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ, ਪਰ ਉਹ ਮਿਲੇ ਨੇ, ਨਾ ਉਹਨਾਂ ਦਾ ਕੋਈ ਪਰਿਵਾਰ ਦਾ ਮੈਂਬਰ ਮਿਲਿਆ। ਇਸੇ ਤਰ੍ਹਾਂ ਭਾਰਤਿੰਦਰ ਸਿੰਘ ਚਾਹਲ, ਉਹਨਾਂ ਦੇ ਖਿਲਾਫ ਵੀ ਕਾਫੀ ਦੇਰ ਤੋਂ ਮਾਮਲਾ ਚੱਲ ਰਿਹਾ। ਕਈ ਵਾਰੀ ਉਹਨਾਂ ਦੀਆਂ ਪ੍ਰਾਪਰਟੀਜ਼ ਦੀ ਪਮੈਸ਼ ਤੱਕ ਹੋ ਗਈ, ਮੇਜਰਮੈਂਟ ਤੱਕ ਹੋ ਗਈ, ਕਈ ਵਾਰੀ ਬੁਲਾਇਆ ਵੀ ਗਿਆ, ਕਦੇ ਉਹ ਆਉਂਦੇ ਸੀ ਕਦੇ ਨਹੀਂ ਸੀ ਆਉਂਦੇ। ਇਸ ਦੌਰਾਨ ਹੁਣ ਵਿਜੀਲੈਂਸ ਬਿਊਰੋ ਨੂੰ ਯਾਦ ਆਇਆ ਕਿ ਚਲੋ ਉਹਨਾਂ ਦੇ ਘਰੇ ਛਾਪੇ ਮਾਰੋ, ਪਰ ਉੱਥੇ ਉਹ ਵੀ ਨਹੀਂ ਮਿਲੇ। ਯਾਨੀ ਕਿ ਇਹ ਵੀ ਭੱਜੇ ਫਿਰਦੇ ਨੇ ਭਾਰਤੀ ਜਨਤਾ ਪਾਰਟੀ ਦੇ ਲੀਡਰ ਦੋਨੇ, ਮਨਪ੍ਰੀਤ ਸਿੰਘ ਬਾਦਲ ਤੇ ਭਾਰਤਿੰਦਰ ਸਿੰਘ ਚਹਿਲ, ਤੇ ਦੂਸਰੇ ਪਾਸੇ ਹੁਣ ਸੁਖਪਾਲ ਸਿੰਘ ਖਹਿਰਾ ਨੂੰ ਵੀ ਫੜ ਕੇ ਲੈ ਗਏ ਨੇ। ਸੋ ਦੇਖਦੇ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ, ਮੈਨੂੰ ਲੱਗਦਾ ਰਾਜਨੀਤਿਕ ਟਕਰਾਅ ਕਾਫੀ ਵਧਣ ਵਾਲੇ ਨੇ। ਜੀ ਬਸ, ਜੀ ਵਾਸੂ ਜੀ, ਮਨਪ੍ਰੀਤ ਜੀ, ਹੁਣ ਜਿਹੜਾ ਮੁਕਤਸਰ ਦੇ ਵਿੱਚੋਂ ਮਾਮਲਾ ਸਾਹਮਣੇ ਆਇਆ ਕਿ ਇੱਕ ਐਡਵੋਕੇਟ, ਇੱਕ ਵਕੀਲ ਦੇ ਉੱਤੇ 3rd degree ਟੋਰਚਰ ਕੀਤਾ ਗਿਆ ਪੁਲਿਸ ਵੱਲੋਂ, ਉਸ ਮਾਮਲੇ ਦੇ ਵਿੱਚ ਹੁਣ ਕਈ ਉੱਚ ਅਧਿਕਾਰੀਆਂ ਨੂੰ ਅਰੈਸਟ ਕਰ ਲਿਆ ਗਿਆ ਤੇ ਇੱਕ SIT ਵੀ ਬਣਾ ਦਿੱਤੀ ਗਈ ਹੈ। ਬਿਲਕੁਲ, ਤੁਸੀਂ ਇੱਕ ਚੀਜ਼ ਦੇਖੋ ਨਾ, ਇਹ ਮਾਮਲਾ ਪਿਛਲੇ ਘੱਟੋ ਘੱਟ 4-5 ਦਿਨ ਤੋਂ ਚੱਲ ਰਿਹਾ ਔਰ ਸਾਰੇ ਪੰਜਾਬ ਦੇ ਔਰ ਵਿੱਚੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਵਕੀਲ ਹੜਤਾਲ ਤੇ ਸੀ। ਹਰ ਤਰ੍ਹਾਂ ਦਾ ਕੰਮਕਾਜ ਕੋਰਟਸ ਦੇ ਵਿੱਚ ਠੱਪ ਪਿਆ ਸੀ, ਕਿਉਂਕਿ ਕੁਝ ਦਿਨ ਪਹਿਲਾਂ 14 ਸਤੰਬਰ ਦੀ ਰਾਤ ਨੂੰ ਇੱਕ ਵਕੀਲ ਆ ਮੁਕਤਸਰ ਦੇ, ਵਰਿੰਦਰ ਸਿੰਘ ਬਾਜਵਾ, ਇੱਕ ਉਹਨਾਂ ਦੇ ਹੋਰ ਸਾਥੀ ਆ, ਇਹਨਾਂ ਨੂੰ ਫੜ ਲਿਆ ਗਿਆ ਸੀ। ਬਾਅਦ ਦੇ ਵਿੱਚ ਪਤਾ ਲੱਗਾ ਕਿ ਇਹਨਾਂ ਨੂੰ ਟੋਰਚਰ ਤੱਕ ਕੀਤਾ ਗਿਆ ਤੇ ਬਾਅਦ ਦੇ ਵਿੱਚ ਜਦੋਂ ਪ੍ਰੈਸ਼ਰ ਪੈ ਗਿਆ ਤੇ ਉੱਥੋਂ ਦੇ SP ਨੇ ਰਮਨਦੀਪ ਸਿੰਘ ਭੁੱਲਰ, ਉਹਨਾਂ ਨੂੰ, ਇਸੇ ਤਰ੍ਹਾਂ ਰਮਨ ਕੁਮਾਰ ਕੰਬੋਜ ਨੇ, ਇੱਕ CI ਦੇ ਇੰਸਪੈਕਟਰ ਤੇ ਇੱਕ ਕਾਂਸਟੇਬਲ ਨੇ, ਇਹਨਾਂ ਨੂੰ ਤਾਂ ਗ੍ਰਿਫਤਾਰ ਕਰ ਲਿਆ ਗਿਆ। 4 ਹੋਰ ਪੁਲਿਸ ਅਧਿਕਾਰੀ ਨੇ ਉਹਨਾਂ ਤੇ ਮਾਮਲਾ ਦਰਜ ਕਰ ਲਿਆ ਔਰ ਇਹ ਵੀ ਪਤਾ ਲੱਗਾ ਕਿ ਬੀਤੇ ਕੱਲ ਜਦੋਂ ਮੁਲਾਕਾਤ ਹੁੰਦੀ ਆ ਬਾਰ ਐਸੋਸੀਏਸ਼ਨ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਦੇ, ਉਹਨਾਂ ਨੇ ਭਰੋਸਾ ਦਿੱਤਾ ਕਿ ਅਸੀਂ ਉੱਥੋਂ ਦੇ SSP ਹਰਮਨ ਵੀਰ ਸਿੰਘ ਗਿੱਲ ਤੇ ਉੱਥੋਂ ਦੇ DIG SLM ਫਰੀਦਕੋਟ ਰੇਂਜ ਦੇ ਨੇ, ਇਹ ਇਹਨਾਂ ਨੂੰ ਵੀ ਟ੍ਰਾਂਸਫਰ ਅਸੀਂ ਕਰ ਦਾਂਗੇ। ਅਜੇ ਮਨੁਜਾ ਉਹਨਾਂ ਦਾ ਨਾਮ ਆ, ਪਰ ਹਜੇ ਤੱਕ ਟ੍ਰਾਂਸਫਰ ਆਰਡਰ ਆਏ ਨਹੀਂ, ਹੋ ਸਕਦਾ ਅੱਜ ਦੇ ਦਿਨ ਇਹ ਟ੍ਰਾਂਸਫਰ ਆਰਡਰ ਆ ਜਾਣ। ਪਰ ਇਹ ਸਾਰਾ ਮਾਮਲਾ ਕਾਫੀ ਦਿਨ ਤੋਂ ਲਟਕ ਰਿਹਾ ਸੀ ਔਰ ਇਹਦੇ ਵਿੱਚ ਪੰਜਾਬ ਸਰਕਾਰ ਦੀ ਬੜੀ ਫਜ਼ੀਅਤ ਹੋ ਰਹੀ ਸੀ। ਜੀ ਵਾਸੂ ਜੀ, ਤੇ ਮਨਪ੍ਰੀਤ ਜੀ, ਹੁਣ ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਦੋਸ਼ ਲਗਾਏ ਨੇ, ਕਹਿੰਦੇ ਵੀ ਆਪਣੀ ਪਾਰਟੀ ਦਾ ਪ੍ਰਚਾਰ ਕਰਨ ਵਾਸਤੇ ਵੱਖੋ ਵੱਖਰੇ ਸੂਬਿਆਂ ਵਿੱਚ ਜਾਂਦੇ ਨੇ, ਸਰਕਾਰੀ ਹਵਾਈ ਜਹਾਜ਼ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਬਿਲਕੁਲ, ਇਹ ਦੋਸ਼ ਕਾਫੀ ਦੇਰ ਤੋਂ ਲੱਗ ਰਹੇ ਸੀ, ਪਰ ਨਵਜੋਤ ਸਿੰਘ ਸਿੱਧੂ ਨੇ ਹੁਣ ਰਾਈਟ ਟੂ ਇਨਫੋਰਮੇਸ਼ਨ ਐਕਟ ਦੇ ਅਧੀਨ ਇੱਕ ਅਰਜ਼ੀ ਦਾਖਲ ਕੀਤੀ ਆ ਔਰ ਜਿਹੜਾ ਪੰਜਾਬ ਦਾ ਸਿਵਲ ਏਵੀਏਸ਼ਨ ਮਹਿਕਮਾ ਉਸ ਤੋਂ ਜਾਣਕਾਰੀ ਮੰਗੀ ਆ ਕਿ ਕਿੰਨੀ ਵਾਰੀ ਜਿਹੜਾ ਪੰਜਾਬ ਦਾ ਜਹਾਜ਼ ਆ, ਜਿਹੜਾ ਇੱਥੋਂ ਦੇ ਲੋਕਾਂ ਦੇ ਟੈਕਸ ਪੇਅਰਸ ਦਾ ਮਨੀ ਆ,
ਉਹ ਵਰਤਿਆ ਗਿਆ ਬਾਹਰਲੀਆਂ ਸੂਬਿਆਂ ਦੇ ਵਿੱਚ, ਬਾਹਰਲੀਆਂ ਸਟੇਟਸ ਦੇ ਵਿੱਚ ਲੈ ਕੇ ਜਾਇਆ ਗਿਆ ਪ੍ਰਚਾਰ ਲਈ। ਪ੍ਰਚਾਰ ਤਾਂ ਆਮ ਆਦਮੀ ਪਾਰਟੀ ਆਪਣਾ ਕਰਦੀ ਆ, ਉਹ ਚਾਹੇ ਹਰਿਆਣਾ ਹੋਵੇ, ਚਾਹੇ ਹਿਮਾਚਲ ਪ੍ਰਦੇਸ਼ ਹੋਵੇ, ਚਾਹੇ ਗੁਜਰਾਤ ਹੋਵੇ, ਚਾਹੇ ਕਰਨਾਟਕ ਹੋਵੇ ਤੇ ਚਾਹੇ ਹੁਣ ਮੱਧ ਪ੍ਰਦੇਸ਼ ਹੋਵੇ। ਇਸ ਦੌਰਾਨ ਸਟੇਟ ਦਾ ਪੈਸਾ ਖਰਚਿਆ ਜਾ ਰਿਹਾ ਔਰ ਅਰਵਿੰਦ ਕੇਜਰੀਵਾਲ ਤੇ ਅਕਸਰ ਇਹ ਇਲਜ਼ਾਮ ਲੱਗਦੇ ਨੇ ਕਿ ਉਹ ਇੱਥੋਂ ਦਾ ਭਗਵੰਤ ਮਾਨ ਨੂੰ ਤਾਂ ਨਾਲ ਲੈ ਕੇ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਜਹਾਜ਼ ਦੀ ਲੋੜ ਹੁੰਦੀ ਆ, ਟਰੈਵਲ ਕਰਨ ਦੀ ਲੋੜ ਹੁੰਦੀ ਆ, ਖਰਚਾ ਇੱਥੋਂ ਦੀ ਸਰਕਾਰ ਦੇ ਉੱਤੇ ਪੈਂਦਾ। ਸੋ ਇਸ ਸਾਰੇ ਦੀ ਜਾਣਕਾਰੀ ਕਦੋਂ ਤੱਕ ਨਵਜੋਤ ਸਿੰਘ ਸਿੱਧੂ ਨੂੰ ਮਿਲਦੀ ਆ ਇਹ ਤਾਂ ਖੈਰ ਸਮਾਂ ਦੱਸੂਗਾ, ਲੇਕਿਨ ਹਾਂ ਉਹਨਾਂ ਨੇ ਇਹ ਜ਼ਰੂਰ ਕਿਹਾ ਕਿ ਇਹ ਸਾਰਾ ਜਿਹੜਾ ਸਟੇਟ ਸਰਕਾਰ ਆ ਜਾਂ ਸਟੇਟ ਗਵਰਨਮੈਂਟ ਆ ਇਹ ਇੱਥੋਂ ਦੇ ਜਹਾਜ਼ ਦੀ ਜਾਂ ਇੱਥੋਂ ਦੇ ਸਿਵਲ ਏਵੀਏਸ਼ਨ ਡਿਪਾਰਟਮੈਂਟ ਦੀ ਦੁਰਵਰਤੋਂ ਕਰ ਰਹੀ ਹੈ। ਜੀ ਵਾਸੂ ਜੀ, ਮਨਪ੍ਰੀਤ ਜੀ, ਬਹੁਤ ਸਮੇਂ ਤੋਂ ਇਹ ਦੋਸ਼ ਲੱਗਦੇ ਰਹੇ ਨੇ ਕਿ ਅਰਵਿੰਦ ਕੇਜਰੀਵਾਲ ਦੇ ਬੰਗਲੇ ਦੀ ਰੈਨੋਵੇਸ਼ਨ ਦੇ ਉੱਤੇ ਕਈ ਕਰੋੜਾਂ ਰੁਪਏ ਖਰਚ ਕੀਤੇ ਗਏ, ਹੁਣ ਉਸ ਪੂਰੇ ਮਾਮਲੇ ਦੀ ਜਾਂਚ ਸੀਬੀਆਈ ਵੱਲੋਂ ਕੀਤੀ ਜਾ ਰਹੀ ਹੈ। ਦੇਖੋ ਪਿਛਲੇ ਦਿਨਾਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਘਿਰੀ ਹੋਈ ਆ ਔਰ ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਅੱਜ ਤੋਂ ਸੀਬੀਆਈ ਦੀ ਇਨਕੁਆਇਰੀ ਜਿਹੜੀ ਆ, ਬਲਕਿ ਕੱਲ ਤੋਂ ਬੀਤੇ ਕੱਲ ਤੋਂ ਸ਼ੁਰੂ ਹੋ ਗਈ ਸੀ ਔਰ ਸੀਬੀਆਈ ਜਿਹੜੀ ਇਹਦੇ ਵਿੱਚ ਪ੍ਰੀਲਿਮੀਨਰੀ ਇਨਵੈਸਟੀਗੇਸ਼ਨ ਜਿਹਨੂੰ ਆਪਾਂ ਕਹਿੰਦੇ ਹਾਂ ਤਫਤੀਸ਼ ਕਰ ਰਹੀ ਆ, ਜਿਹੜਾ ਅਰਵਿੰਦ ਕੇਜਰੀਵਾਲ ਨੇ ਆਪਣੇ ਬੰਗਲੇ ਦੀ ਰੈਨੋਵੇਸ਼ ਤੇ 52 ਕਰੋੜ ਤੋਂ ਵੀ ਵੱਧ ਦਾ ਪੈਸਾ ਖਰਚ ਕਰ ਦਿੱਤਾ ਗਿਆ, ਇਹ ਇਲਜ਼ਾਮ ਨੇ ਉਹਨਾਂ ਤੇ, ਇਹ ਰਿਪੋਰਟਸ ਕਹਿੰਦੀਆਂ ਨੇ। ਵਿਨੇ ਕੁਮਾਰ ਸਕਸੇਨਾ ਨੇ, ਐਲ ਜੀ ਨੇ, ਲੈਫਟੀਨੈਂਟ ਗਵਰਨਰ ਉਹਨਾਂ ਨੇ ਵੀ ਇਲਜ਼ਾਮ ਲਾਏ ਨੇ ਔਰ ਦਿੱਲੀ ਦੇ ਚੀਫ ਸੈਕਟਰੀ ਉਹਨਾਂ ਨੇ ਵੀ ਰਿਪੋਰਟ ਬਣਾ ਕੇ ਭੇਜੀ ਆ ਤੇ ਤਫਤੀਸ਼ ਸ਼ੁਰੂ ਹੋ ਗਿਆ। ਕਈਆਂ ਦਾ ਤਾਂ ਇਹ ਕਹਿਣਾ ਕਿ ਕਿਉਂਕਿ ਆਮ ਆਦਮੀ ਪਾਰਟੀ ਬਹੁਤ ਮਾਮਲਿਆਂ ਦੇ ਵਿੱਚ ਘਿਰ ਗਈ ਆ, ਇਸ ਕਰਕੇ ਇਹਨਾਂ ਸਾਰੇ ਮਸਲਿਆਂ ਤੋਂ ਧਿਆਨ ਭਟਕਾਉਣ ਲਈ ਇਹ ਜਿਹੜੀ ਅੱਜ ਹੋਈ ਆ ਗ੍ਰਿਫਤਾਰੀ ਹੋਈ ਹੈ ਸੁਖਪਾਲ ਸਿੰਘ ਖਹਿਰਾ ਦੀ, ਇਸ ਕਰਕੇ ਹੋਈ ਹੈ, ਇਹ ਗੱਲਾਂ ਵੀ ਚੱਲ ਰਹੀਆਂ ਨੇ। ਖੈਰ ਸੀਬੀਆਈ ਇਸ ਮਾਮਲੇ ਦੇ ਵਿੱਚ ਕਿੰਨੀ ਕੁ ਤਫਤੀਸ਼ ਕਰਦੀ ਹੈ, ਪਰ ਇੱਕ ਗੱਲ ਜ਼ਰੂਰ ਆ ਵਾਸੂ ਜੀ, ਤੁਸੀਂ ਦੇਖੋ ਇਹ ਪਾਰਟੀ ਇਸ ਤਰ੍ਹਾਂ ਦੇ ਵੱਡੇ ਵੱਡੇ ਆਲੀਸ਼ਾਨ ਬੰਗਲਿਆਂ ਤੇ ਖਰਚ ਕਰਦੀ ਹੈ, ਹਾਲਾਂਕਿ ਜਿਹੜੀ ਓਰੀਜਿਨਲ ਪਲਾਨ ਸੀ ਉਹ ਕੇਵਲ 15 ਕਰੋੜ ਤੱਕ ਦਾ ਸੀ, ਜਿਹੜਾ ਬਾਅਦ ਦੇ ਵਿੱਚ 50 ਕਰੋੜ ਤੋਂ ਵੀ ਵੱਧ ਤੱਕ ਲੈ ਕੇ ਜਾਇਆ ਗਿਆ। ਕੀ ਕਾਰਨ ਰਹੇ, ਕਿਉਂ ਇੰਨਾ ਪੈਸਾ ਲੱਗ ਗਿਆ, ਇਹ ਖੈਰ ਤਫਤੀਸ਼ ਦਾ ਮਾਮਲਾ। ਜੀ ਵਾਸੂ ਜੀ, ਤੇ ਮਨਪ੍ਰੀਤ ਜੀ, ਡਾਕਟਰ ਧਰਮਵੀਰ ਗਾਂਧੀ ਦਾ ਕਹਿਣਾ ਹੈ ਕਿ ਭਾਜਪਾ ਵੱਲੋਂ ਖਾਲਿਸਤਾਨ ਦਾ ਮੁੱਦਾ ਸਿਰਫ ਤੇ ਸਿਰਫ ਆਪਣੇ ਸਿਆਸੀ ਫਾਇਦੇ ਵਾਸਤੇ ਦੁਬਾਰਾ ਤੋਂ ਹਾਈਲਾਈਟ ਕੀਤਾ ਜਾ ਰਿਹਾ। ਦੇਖੋ ਵਾਸੂ ਜੀ, ਇਹ ਗੱਲ ਬਿਲਕੁਲ ਪਤਾ ਸਾਰਿਆਂ ਨੂੰ ਔਰ ਤੁਹਾਨੂੰ ਵੀ ਪਤਾ, ਸਾਨੂੰ ਵੀ ਪਤਾ ਕਿ ਪੰਜਾਬ ਦੇ ਵਿੱਚ ਖਾਲਿਸਤਾਨ ਦਾ ਕਿਸੇ ਤਰ੍ਹਾਂ ਦਾ ਕੋਈ ਮੁੱਦਾ ਨਹੀਂ, ਕੋਈ ਟ੍ਰੈਕਸ਼ਨ ਨਹੀਂ ਇੱਥੇ ਕਿਸੇ ਵੀ ਭਾਈਚਾਰੇ ਦੇ ਵਿੱਚ, ਕਿਉਂਕਿ ਸਾਰਿਆਂ ਭਾਈਚਾਰਿਆਂ ਨੇ ਪੰਜਾਬ ਦੇ ਵਿੱਚ ਜਦੋਂ ਇਹ ਮੁੱਦਾ ਉੱਠਿਆ ਸੀ ਜਿਨ੍ਹਾਂ ਦਿਨਾਂ ਦੇ ਵਿੱਚ, ਸਾਰਿਆਂ ਨੇ ਇਹਦਾ ਸੰਤਾਪ ਭੋਗਿਆ, ਸਾਰਿਆਂ ਨੂੰ ਮੁਸ਼ਕਲਾਂ ਝੱਲਣੀਆਂ ਪੈਣੀਆਂ ਔਰ ਹਰ ਕਿਸੇ ਨੇ ਸਫ਼ਰ ਕੀਤਾ। ਸੋ ਪੰਜਾਬ ਦੇ ਵਿੱਚ ਤਾਂ ਹੈ ਨਹੀਂ ਇਹੀ ਗੱਲ, ਡਾਕਟਰ ਧਰਮਵੀਰ ਗਾਂਧੀ ਕਹਿੰਦੇ ਨੇ, ਇਹ ਸਾਬਕਾ MP ਨੇ ਪਟਿਆਲਾ ਦੇ, ਉਹ ਕਹਿੰਦੇ ਜਾਣ ਬੁੱਝ ਕੇ ਉਭਾਰਿਆ ਜਾ ਰਿਹਾ। ਵਾਸੂ ਜੀ, ਇੱਕ ਮੈਂ ਤੁਹਾਨੂੰ ਇੱਥੇ ਗੱਲ ਦੱਸਣੀ ਚਾਹੁੰਦਾ ਕਿ ਖਾਲਿਸਤਾਨ ਕੌਨਸਪੀਰੇਸੀ ਇੱਕ ਕਿਤਾਬ ਆਈ ਸੀ GBS ਸਿੱਧੂ ਦੀ, ਇਹ ਸਾਬਕਾ ਰੌ ਦੇ ਆਫਿਸਰ ਨੇ ਔਰ ਇਹਨਾਂ ਨੇ ਸੰਨ 2020 ਦੇ ਵਿੱਚ ਇੱਕ ਕਿਤਾਬ ਲਿਖੀ ਸੀ ਕਿ ਕਿਸ ਤਰ੍ਹਾਂ 70 ਦੇ ਦਹਾਕੇ ਦੇ ਵਿੱਚ, 80 ਦੇ ਦਹਾਕੇ ਦੇ ਵਿੱਚ ਜਦੋਂ ਇੱਥੇ ਕਾਂਗਰਸ ਦੀ ਸਰਕਾਰ ਸੀ, ਇੰਦਰਾ ਗਾਂਧੀ ਦੀ ਸਰਕਾਰ ਸੀ, ਇਹਨਾਂ ਨੂੰ ਹਦਾਇਤਾਂ ਹੋਈਆਂ ਕਿ ਤੁਸੀਂ ਉੱਥੇ ਜਾ ਕੇ ਖਾਲਿਸਤਾਨ ਦਾ ਮੁੱਦਾ ਉਭਾਰੋ, ਤੇ ਜਦੋਂ ਇਹਨਾਂ ਨੇ ਕਿਹਾ ਕਿ ਇੱਥੇ ਤਾਂ ਕੋਈ ਮੁੱਦਾ ਹੈ ਹੀ ਨਹੀਂ, ਕਹਿੰਦੇ ਫਿਰ ਉਭਾਰੋ ਕਿਉਂਕਿ ਅਸੀਂ ਚੋਣਾਂ ਜਿੱਤਣੀਆਂ ਨੇ। ਲਗਭਗ ਉਸੇ ਤਰ੍ਹਾਂ ਦੇ ਹਾਲਾਤ ਇੱਥੇ ਪੈਦਾ ਕੀਤੇ ਜਾ ਰਹੇ ਨੇ। ਇਹ ਹੋ ਸਕਦਾ ਕੁਛ ਚੰਦ ਲੋਕ ਜਾਂ ਮੁੱਠੀ ਭਰ ਲੋਕ ਇਸ ਵਿੱਚ ਇੰਟਰਸਟਡ ਹੋਣ ਕਿਉਂਕਿ ਉਹਨਾਂ ਦੇ ਕੋਈ ਹਿੱਤ ਹੋਣ, ਉਹਨਾਂ ਦੇ ਕੋਈ ਫਾਈਨੈਂਸ਼ੀਅਲ ਇੰਟਰਸਟ ਹੋਣ, ਪਰ ਆਮ ਲੋਕਾਂ ਦਾ ਘੱਟੋ ਘੱਟ ਪੰਜਾਬ ਦੇ ਵਿੱਚ ਤਾਂ ਇਸ ਤਰ੍ਹਾਂ ਦਾ ਕੋਈ ਇਰਾਦਾ ਨਹੀਂ ਆ। ਇਹੀ ਗੱਲ ਧਰਮਵੀਰ ਗਾਂਧੀ ਕਹਿੰਦੇ ਆ ਕਿ ਕੇਵਲ ਪੋਲਰਾਈਜ਼ ਕਰਨ ਲਈ, ਮਾਈਨੋਰਿਟੀਜ਼ ਨੂੰ ਡਰਾਉਣ ਕਰਕੇ ਜਾਂ ਉਹਨਾਂ ਤੋਂ ਵੋਟਾਂ ਲੈਣ ਕਰਕੇ ਇਹ ਸਾਰਾ ਕੁਝ ਕੀਤਾ ਜਾ ਰਿਹਾ। ਜੀ ਵਾਸੂ ਜੀ, ਤੇ ਮਨਪ੍ਰੀਤ ਜੀ, ਹੁਣ MLA ਮਨਜਿੰਦਰ ਸਿੰਘ ਲਾਲਪੁਰਾ ਵੱਲੋਂ ਤਰਨ ਤਾਰਨ ਦੇ SSP ਗੁਰਮੀਤ ਸਿੰਘ ਦੇ ਉੱਤੇ ਭ੍ਰਿਸ਼ਟਾਚਾਰ ਦੇ ਦੋਸ਼ ਕਿਉਂ ਲਗਾਏ ਜਾ ਰਹੇ ਨੇ? ਤੁਸੀਂ ਦੇਖੋ, ਮੈਂ ਪਹਿਲਾਂ ਵੀ ਗੱਲ ਕਰਕੇ ਹਟਿਆ ਕਿ ਕਾਫੀ ਮਾਮਲਿਆਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਉਲਝੀ ਪਈ ਆ। ਖਡੂਰ ਸਾਹਿਬ ਤੋਂ ਇਹ MLA ਨੇ ਮਨਜਿੰਦਰ ਸਿੰਘ ਲਾਲਪੁਰਾ, ਇਹਨਾਂ ਨੇ ਉੱਥੋਂ ਦੇ ਤਰਨ ਤਾਰਨ ਦੇ SSP ਨੇ ਗੁਰਮੀਤ ਸਿੰਘ ਚੌਹਾਨ, ਇਹਨਾਂ ਤੇ ਇਲਜ਼ਾਮ ਲਾਏ ਨੇ ਕਿ ਇਹਨਾਂ ਨੇ ਜਿਹੜੇ ਮੇਰੇ ਰਿਸ਼ਤੇਦਾਰ ਫੜੇ ਨੇ, ਖਾਸ ਤੌਰ ਤੇ ਇਹਨਾਂ ਦਾ ਬ੍ਰਦਰ ਇਨ ਲਾ ਜੀਜਾ ਇਹਨਾਂ ਦੇ ਆ, ਉਹਨਾਂ ਨੂੰ ਫੜ ਲਿਆ ਕਿਉਂਕਿ ਉਹ ਕਥਿਤ ਤੌਰ ਤੇ ਰੇਤਾ ਬਜਰੀ ਦੇ ਵਿੱਚ ਸ਼ਾਮਿਲ ਸੀ, ਇਹ ਪੁਲਿਸ ਦਾ ਕਹਿਣਾ, ਔਰ 13 ਹੋਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ। ਹੁਣ ਜਿਹੜੇ MLA ਆ, ਇਹਨਾਂ ਨੂੰ ਇਹ ਗੱਲ ਚੰਗੀ ਨਹੀਂ ਲੱਗ ਰਹੀ, ਇਹ ਕਹਿੰਦੇ ਦੇਖੋ ਜੀ ਇਹ ਤਾਂ ਪੈਸੇ ਲੈਂਦੇ ਆ। ਇਹਨਾਂ ਨੇ ਫੇਸਬੁੱਕ ਤੇ ਇੱਕ ਪੋਸਟ ਵੀ ਪਾਤੀ ਸੀ ਔਰ ਤੁਸੀਂ ਦੇਖੋ ਉਹਦੀ ਸ਼ਬਦਾਵਲੀ ਇੰਨੀ ਕੁ ਮਾੜੀ ਸੀ, ਕਹਿੰਦੇ ਕਿ ਤੁਸੀਂ ਵਰਦੀ ਲਾ ਲਓ, ਮੈਂ ਆਪਣੀ ਕੁਰਸੀ ਛੱਡ ਦਿੰਦਾ ਤੇ ਆਪਾਂ ਆ ਕੇ ਲੜਦੇ ਹਾਂ ਆਪਸ ਦੇ ਵਿੱਚ। ਬਾਅਦ ਦੇ ਵਿੱਚ ਖੈਰ ਇਹਨਾਂ ਨੂੰ ਉਹ ਜਿਹੜੀ ਫੇਸਬੁੱਕ ਪੋਸਟ ਸੀ ਉਹ ਰਿਮੂਵ ਵੀ ਕਰਨੀ ਪਈ, ਹਟਾਉਣੀ ਪਈ। ਇਸ ਤਰ੍ਹਾਂ ਦੀ ਸ਼ਬਦਾਵਲੀ ਜਦੋਂ ਤੁਸੀਂ ਆਪਣੇ ਹੀ ਪੁਲਿਸ ਆਫਿਸਰ ਦੇ ਖਿਲਾਫ ਵਰਤੋਂਗੇ ਤੇ ਇੱਕ ਪਾਸੇ ਆਪਾਂ ਕਹਿੰਦੇ ਹਾਂ ਕਿ ਇਹ ਕੋਈ ਐਕਟ ਕਰਨ, ਸੋ ਇਹ ਸਾਰਾ ਮਾਮਲਾ ਉਲਝ ਕੇ ਰਹਿ ਗਿਆ। ਸੋ ਇਹ ਵਿਵਾਦ ਦੇਖੋ ਅੱਗੇ ਕਿੰਨਾ ਕੁ ਅੱਗੇ ਵੱਧਦਾ।
जी वासु जी ਤੇ ਮਨਪ੍ਰੀਤ ਜੀ ਇਸੇ ਤਰ੍ਹਾਂ ਐਮਐਲਏ ਗੁਰਦੇਵ ਸਿੰਘ ਮਾਨ ਨੂੰ ਇੱਕ ਆਫੀਸ਼ੀਅਲ ਫੰਕਸ਼ਨ ਵਾਸਤੇ ਇਨਵਾਈਟ ਕੀਤਾ ਗਿਆ ਤੇ ਉੱਥੇ ਜਾ ਕੇ ਉਹਨਾਂ ਨੇ ਕਿਹਾ ਮੈਂ ਸਟੇਜ ਤੇ ਨਹੀਂ ਚੜਨਾ ਕਿਉਂਕਿ ਜਿਹੜੇ ਇਨਵੀਟੇਸ਼ਨ ਭੇਜੇ ਗਏ ਉਹ 'ਚ ਮੇਰਾ ਨਾਂ ਹੀ ਨਹੀਂ ਹੈਗਾ। ਬਿਲਕੁਲ, ਇਹ ਨਾਭੇ ਦੇ ਵਿੱਚ ਫੰਕਸ਼ਨ ਹੋਇਆ ਸੀ ਔਰ ਖੇਤੀਬਾੜੀ ਮਹਿਕਮੇ ਵੱਲੋਂ ਕਰਵਾਇਆ ਜਾ ਰਿਹਾ ਸੀ ਔਰ ਉੱਥੇ ਜਿਹੜੇ ਹਾਰਟੀਕਲਚਰ ਮਿਨਿਸਟਰ ਨੇ ਚੇਤਨ ਸਿੰਘ ਜੋੜਾ ਮਾਜਰਾ, ਜਿਹੜੇ ਕਿਸੇ ਵਕਤ ਸਿਹਤ ਮੰਤਰੀ ਵੀ ਸੀ, ਉਹ ਮੌਜੂਦ ਸੀ ਬਤੌਰ ਚੀਫ ਗੈਸਟ। ਹੋਰ ਵੀ ਉੱਥੇ ਕਈ ਜਿਸ ਤਰ੍ਹਾਂ ਕਹਿ ਸਕਦੇ ਹੋ ਪਤਵੰਤੇ ਸੱਜਣ ਸੀ, ਪਰ ਦੇਵਮਾਨ ਗੁਰਦੇਵ ਸਿੰਘ ਦੇਵਮਾਨ ਚੜੇ ਨਹੀਂ ਸਟੇਜ ਤੇ, ਥੱਲੇ ਜਾ ਕੇ ਕਿਸਾਨਾਂ ਦੇ ਨਾਲ ਬਹਿ ਗਏ ਔਰ ਉੱਤੇ ਕਈ ਵਾਰ ਇਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਉੱਤੇ ਸਟੇਜ ਤੇ ਬੈਠੋ, ਕਹਿੰਦੇ ਮੈਂ ਨਹੀਂ ਆਉਣਾ, ਤੁਸੀਂ ਮੇਰਾ ਨਾਂ ਹੀ ਨਹੀਂ ਲਿਖਿਆ ਇਨਵੀਟੇਸ਼ਨ ਦੇ ਵਿੱਚ। ਔਰ ਇਹਨਾਂ ਨੂੰ ਜਿਹੜਾ ਸਨਮਾਨਿਤ ਕੀਤਾ ਗਿਆ ਉਹ ਵੀ ਸਟੇਜ ਤੇ ਥੱਲੇ ਹੀ ਕੀਤਾ ਗਿਆ। ਸੋ ਜਿਹੜੇ ਆਪਸ ਦੇ ਵਿੱਚ ਟਕਰਾਅ ਸਾਨੂੰ ਰੋਜ਼ ਦੇਖਣ ਨੂੰ ਮਿਲ ਰਹੇ ਨੇ, ਇਹੀ ਕਾਰਨ ਆ ਕਿ ਹੁਣ ਇਹ ਸਾਰੇ ਮਸਲੇ ਉੱਭਰ ਰਹੇ ਨੇ ਔਰ ਹੋ ਸਕਦਾ ਇਹਨਾਂ ਸਾਰਿਆਂ ਤੋਂ ਧਿਆਨ ਭਟਕਾਉਣ ਲਈ ਜਿਹੜੀਆਂ ਕਾਰਵਾਈਆਂ ਉਹ ਦੂਸਰੀ ਤਰ੍ਹਾਂ ਦੀਆਂ ਕੀਤੀਆਂ ਜਾ ਰਹੀਆਂ ਨੇ। ਜੀ ਵਾਸੂ ਜੀ, ਤੇ ਮਨਪ੍ਰੀਤ ਜੀ ਮਹਾਰਾਸ਼ਟਰ ਦੇ ਵਿੱਚ ਭਾਜਪਾ ਦੇ ਜਿਹੜੇ ਮੁਖੀ ਨੇ ਉਹਨਾਂ ਦਾ ਇੱਕ ਆਡੀਓ ਕਲਿੱਪ ਵਾਇਰਲ ਹੋਇਆ, ਉਹਦੇ ਵਿੱਚ ਉਹ ਆਪਣੇ ਪਾਰਟੀ ਦੇ ਵਰਕਰਸ ਨੂੰ ਕਹਿ ਰਹੇ ਨੇ ਵੀ ਜਰਨਲਿਸਟ ਜਿਹੜੇ ਪੱਤਰਕਾਰ ਨੇ ਇਹਨਾਂ ਨੂੰ ਖੁਸ਼ ਰੱਖਿਆ ਕਰੋ, ਵੀ ਤੁਹਾਨੂੰ ਪੋਜ਼ਿਟਿਵ ਕਵਰੇਜ ਮਿਲੇਗਾ ਪਾਰਟੀ ਨੂੰ। ਹੁਣ ਇਸ ਚੀਜ਼ ਨੂੰ ਲੈ ਕੇ ਪੱਤਰਕਾਰ ਨਾਰਾਜ਼ ਹੋ ਗਏ ਨੇ, ਉਹ ਮਾਫੀ ਦੀ ਮੰਗ ਕਰ ਰਹੇ ਨੇ। ਬਿਲਕੁਲ, ਚੰਦਰ ਸ਼ੇਖਰ ਬਾਵਨਕੁਲੇ ਇਹ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਨੇ, ਮਹਾਰਾਸ਼ਟਰ ਦੇ ਚੀਫ ਨੇ, ਮੁਖੀ ਨੇ। ਇਹਨਾਂ ਦੀ ਇੱਕ ਆਡੀਓ ਕਲਿੱਪ ਬਿਲਕੁਲ ਤੁਸੀਂ ਦਰੁਸਤ ਫਰਮਾਇਆ, ਜਿਹਦੇ ਵਿੱਚ ਇਹ ਕਹਿ ਰਹੇ ਆ ਕਿ ਪੱਤਰਕਾਰਾਂ ਨੂੰ ਚਾਹ ਪਿਆਓ, ਇਹਨਾਂ ਨੂੰ ਰੋਟੀਆਂ ਖਵਾਓ, ਇਹਨਾਂ ਨੂੰ ਢਾਬਿਆਂ ਤੇ ਲੈ ਕੇ ਜਾਓ, ਇਹਨਾਂ ਦੀ ਸੇਵਾ ਕਰੋ ਔਰ ਇਹ ਯਕੀਨੀ ਬਣਾਓ ਕਿ ਇਹ ਭਾਰਤੀ ਜਨਤਾ ਪਾਰਟੀ ਦੇ ਖਿਲਾਫ਼ ਕਿਸੇ ਤਰ੍ਹਾਂ ਦੀ ਕੋਈ ਸਟੋਰੀ ਨਾ ਕਰ ਸਕਣ, ਉਹਨਾਂ ਦੇ ਖਿਲਾਫ਼ ਕੁਛ ਲਿਖ ਨਾ ਸਕਣ, ਕੇਵਲ ਤੇ ਕੇਵਲ ਪੋਜ਼ਿਟਿਵ ਕਵਰੇਜ ਕਰਨ। ਜਦੋਂ ਜਰਨਲਿਸਟ ਨੂੰ ਇਹ ਗੱਲ ਪਤਾ ਲੱਗੀ, ਉਹ ਇਕੱਠੇ ਹੋ ਕੇ ਉਹਨਾਂ ਨੇ ਮਾਰਚ ਕੀਤਾ, ਭਾਰਤੀ ਜਨਤਾ ਪਾਰਟੀ ਦੇ ਆਫਿਸ ਤੱਕ ਗਏ ਔਰ ਉਹਨਾਂ ਨੂੰ ਇਹ ਸੁਨੇਹਾ ਦਿੱਤਾ ਕਿ ਸਾਰੇ ਪੱਤਰਕਾਰ ਵਿਕਾਊ ਨਹੀਂ ਹੁੰਦੇ। ਹੋ ਸਕਦਾ ਤੁਹਾਡਾ ਗੋਦੀ ਮੀਡੀਆ, ਤੁਹਾਡਾ ਮੇਨ ਸਟ੍ਰੀਮ ਮੀਡੀਆ, ਕੁਝ ਚੰਦ ਪੱਤਰਕਾਰ ਤੁਹਾਡੇ ਗੋਦੀ ਦੇ ਵਿੱਚ ਬੈਠੇ ਹੋਣ ਜਾਂ ਤੁਹਾਡੇ ਤੋਂ ਪੈਸੇ ਲੈਂਦੇ ਹੋਣ, ਇਸ ਕਰਕੇ ਉਹਨਾਂ ਨੇ ਕਿਹਾ ਕਿ ਇਸ ਤੇ ਤੁਰੰਤ ਮਾਫੀ ਮੰਗੀ ਜਾਵੇ। ਦੇਵਿੰਦਰ ਫਡਨਵੀਸ ਜਿਹੜੇ ਇਸ ਟਾਈਮ ਡੈਪਟੀ ਚੀਫ ਮਿਨਿਸਟਰ ਨੇ, ਮਹਾਰਾਸ਼ਟਰ ਦੇ ਪਹਿਲਾਂ ਮੁੱਖ ਮੰਤਰੀ ਵੀ ਰਹੇ ਆ, ਉਹਨਾਂ ਨੇ ਇਸ ਮਾਮਲੇ ਨੂੰ ਟਾਲਣ ਦੀ ਕੋਸ਼ਿਸ਼ ਕੀਤੀ, ਕਹਿੰਦੇ ਨੇ ਇਹ ਤਾਂ ਹਾਸੇ 'ਚ ਕਹੀ ਗਈ ਹੈ ਗੱਲ ਜੀ, ਮਜ਼ਾਕ 'ਚ, ਪਰ ਮੈਨੂੰ ਲੱਗਦਾ ਮਾਮਲਾ ਹੁਣ ਦਿਨੋ ਦਿਨ ਤੂਲ ਫੜੇਗਾ। ਜੀ ਵਾਸੂ ਜੀ, ਤੇ ਵਿਮੈਨਸ ਰਿਜ਼ਰਵੇਸ਼ਨ ਮਾਮਲੇ ਵਿੱਚ ਹੁਣ ਪ੍ਰਧਾਨ ਮੰਤਰੀ ਮੋਦੀ ਨੇ ਕਾਂਗਰਸ ਤੇ ਪਲਟਵਾਰ ਕਰਦੇ ਹੋਏ ਕਿਹਾ ਵੀ ਇਹੀ ਉਹ ਪਾਰਟੀ ਹੈ ਜਿਨ੍ਹਾਂ ਨੇ 3 ਦਹਾਕਿਆਂ ਤੱਕ ਇਹ ਬਿੱਲ ਪਾਸ ਨਹੀਂ ਹੋਣ ਦਿੱਤਾ। ਬਿਲਕੁਲ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਕੱਲ ਪੂਰੇ ਜ਼ੋਰਾਂ ਸ਼ੋਰਾਂ ਦੇ ਨਾਲ ਚੋਣ ਪ੍ਰਚਾਰ ਕਰ ਰਹੇ ਨੇ, ਖਾਸ ਤੌਰ ਤੇ ਮੱਧ ਪ੍ਰਦੇਸ਼ ਦੇ ਵਿੱਚ, ਛੱਤੀਸਗੜ੍ਹ ਦੇ ਵਿੱਚ, ਰਾਜਸਥਾਨ ਦੇ ਵਿੱਚ ਵੀ ਜਾਂਦੇ ਆ ਔਰ ਉੱਥੇ ਬਾਰ ਬਾਰ ਇੱਕ ਗੱਲ ਕਹਿ ਰਹੇ ਆ, ਕਹਿੰਦੇ ਦੇਖੋ ਇਹ ਕਾਂਗਰਸ ਪਾਰਟੀ ਉਹ ਪਾਰਟੀ ਆ ਜਿਨ੍ਹਾਂ ਨੇ ਇਹ ਵਿਮਨ ਰਿਜ਼ਰਵੇਸ਼ਨ ਬਿੱਲ ਦੀ, ਜਾਂ ਤੁਸੀਂ ਕਹਿ ਲਓ ਔਰਤਾਂ ਦਾ ਜਿਹੜਾ ਰਾਖਵਾਂ ਕਰਨ ਦਾ ਬਿੱਲ ਆ, ਇਸ ਦਾ ਘੱਟੋ ਘੱਟ 30 ਸਾਲਾਂ ਤੱਕ ਇਹ ਵਿਰੋਧ ਕਰਦੇ ਰਹੇ। ਕਾਂਗਰਸ ਨੇ ਵੀ ਪਲਟ ਕੇ ਵਾਰ ਕੀਤਾ, ਕਹਿੰਦੇ ਪ੍ਰਧਾਨ ਮੰਤਰੀ ਬਿਲਕੁਲ ਝੂਠ ਬੋਲ ਰਹੇ ਨੇ, ਅਸੀਂ ਤਾਂ ਇਸ ਨੂੰ 1989 ਦੇ ਵਿੱਚ ਜੋ ਰਾਜੀਵ ਗਾਂਧੀ ਦੀ ਸਰਕਾਰ ਸੀ ਅਸੀਂ ਤਾਂ ਉਦੋਂ ਹੀ ਲੈ ਆਉਂਦਾ ਸੀ, ਲੋਕ ਸਭਾ ਦੇ ਵਿੱਚ ਵਾਸੂ ਜੀ ਪਾਸ ਹੋ ਗਿਆ ਸੀ, ਰਾਜ ਸਭਾ ਦੇ ਵਿੱਚ ਇਹ ਬਿੱਲ ਡਿੱਗਾ ਸੀ 1999 ਦੇ ਵਿੱਚ, 7 ਵੋਟਾਂ ਘੱਟ ਪਈਆਂ ਸੀ ਤੇ 4 ਭਾਰਤੀ ਜਨਤਾ ਪਾਰਟੀ ਦੀਆਂ ਸੀ, ਉਹ ਵੀ ਮੈਂ ਦੱਸ ਦਿੰਦਾ, ਇੱਕ ਅਟਲ ਬਿਹਾਰੀ ਵਾਜਪਾਈ ਦੀ ਸੀ, ਇੱਕ ਲਾਲ ਕ੍ਰਿਸ਼ਨ ਅਡਵਾਨੀ ਐਲ ਕੇ ਅਡਵਾਨੀ ਦੀ ਸੀ, ਇੱਕ ਇਸੇ ਤਰ੍ਹਾਂ ਜਿਹੜੇ ਜੇਠ ਮਲਾਨੀ ਹੁੰਦੇ ਸੀਗੇ, ਰਾਮ ਜੇਠ ਮਲਾਨੀ, ਉਹਨਾਂ ਦੀ ਵੋਟ ਸੀ ਤੇ ਇੱਕ ਜਸਵੰਤ ਸਿੰਘ ਦੀ ਸੀ। ਇਹਨਾਂ ਚੋਂ 3 ਤਾਂ ਹੁਣ ਦੁਨੀਆ ਦੇ ਵਿੱਚ ਰਹੇ ਨਹੀਂ ਆ, ਪਰ ਇੱਕ ਜਿਹੜੇ ਐਲ ਕੇ ਅਡਵਾਨੀ ਆ ਉਹਨਾਂ ਤੋਂ ਕਨਫਰਮ ਵੀ ਕੀਤਾ ਜਾ ਸਕਦਾ ਉਹ ਤਾਂ ਇਸ ਦੁਨੀਆ ਤੇ ਹਜੇ ਵੀ ਹੈਗੇ ਆ। ਜੀ ਵਾਸੂ ਜੀ, ਮਨਪ੍ਰੀਤ ਜੀ ਇਹਨਾਂ ਸਾਰੀਆਂ ਖਬਰਾਂ ਲਈ, ਇਸ ਅਨਾਲਿਸਿਸ ਲਈ ਤੁਹਾਡਾ ਬਹੁਤ ਧੰਨਵਾਦ ਜੀ, ਕੱਲ ਫਿਰ ਗੱਲਬਾਤ ਹੋਏਗੀ। ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਵਾਸੂ ਜੀ।